1912 ਵਿੱਚ ਇੱਕ ਬਹੁਤ ਹੀ ਵੱਡਾ ਸਮੁੰਦਰੀ ਜਹਾਜ਼ ਬਣਾਇਆ ਗਿਆ ਸੀ ਜਿਸ ਦੇ ਬਾਰੇ ਵਿੱਚ ਕਿਹਾ ਜਾਂਦਾ ਸੀ ਕਿ ਇਸ ਨੂੰ ਤਾਂ ਰੱਬ ਵੀ ਨਹੀਂ ਡੁੱਬਾ ਸਕਦਾ ਹੈ। ਟਾਈਟੈਨਿਕ ਨਾਮ ਦਾ ਇਹ ਜਹਾਜ਼ 269 ਮੀਟਰ ਲੰਬਾ ਸੀ ਅਤੇ ਉਸ ਵਕਤ ਸਟੀਲ ਨਾਲ ਬਣਾਇਆ ਗਿਆ ਸੀ। ਡਰਾਈਵਰ ਦਾ ਕਰੂ ਅਤੇ ਯਾਤਰੀਆਂ ਨੂੰ ਮਿਲਾ ਕੇ ਇਸ ਉੱਤੇ ਕਰੀਬ 3,300 ਲੋਕਾਂ ਨੂੰ ਠਹਿਰਾਉਣ ਦੀ ਸਹੂਲਤ ਸੀ। ਪਰ ਬ੍ਰਿਟੇਨ ਤੋਂ ਅਮਰੀਕਾ ਜਾਂਦੇ ਵਕਤ ਅਟਲਾਂਟਿਕ ਸਾਗਰ ਵਿੱਚ ਇੱਕ ਰਾਤ ਹੋਏ ਹਾਦਸੇ ਤੋਂ ਬਾਅਦ ਇਹ ਜਹਾਜ਼ ਕੁਝ ਘੰਟਿਆਂ ਵਿੱਚ ਹੀ ਡੁੱਬ ਗਿਆ। ਇਸ ਦਾ ਮਲਬਾ ਅੱਜ ਤੱਕ ਉੱਥੇ ਹੀ ਪਿਆ ਹੈ। ਇਸ ਨੂੰ ਅੱਜ ਤੱਕ ਕੱਢਿਆ ਨਹੀਂ ਜਾ ਸਕਿਆ ਹੈ। ਜਾਣਕਾਰਾਂ ਦਾ ਕਹਿਣਾ ਸੀ ਕਿ ਇੰਜੀਨੀਅਰਿੰਗ ਦੇ ਲਿਹਾਜ਼ ਨਾਲ ਇਹ ਡਿਜ਼ਾਈਨ ਦੇ ਆਧਾਰ ਤੇ ਵਿਕਸਿਤ ਪਹਿਲਾ ਜਹਾਜ਼ ਸੀ ਜਿਸ ਵਿੱਚ ਕਈ ਵਾਟਰ ਟਾਈਟ ਕੰਪਾਰਟਮੈਂਟ ਬਣਾਏ ਗਏ ਸੀ। ਜਹਾਜ਼ ਦਾ ਡਿਜ਼ਾਈਨ ਕੁਝ ਅਜਿਹਾ ਸੀ ਕਿ ਜੇ ਜਹਾਜ਼ ਦਾ ਇੱਕ ਕਮਰਾ ਪਾਣੀ ਨਾਲ ਭਰ ਜਾਵੇ ਤਾਂ ਉਹ ਦੂਜੇ ਕਮਰੇ ਨੂੰ ਡੁੱਬਾ ਨਹੀਂ ਸਕਦਾ ਸੀ। ਜਹਾਜ਼ ਬਣਾਉਣ ਅਤੇ ਨੈਵੀਗੇਟਰ ਸਿਵਲ ਇੰਜੀਨੀਅਰ ਥਿਉਰੀ ਦੇ ਅਨੁਸਾਰ ਟਾਈਟੈਨਿਕ ਦਾ ਪ੍ਰਚਾਰ ਇਸ ਤਰ੍ਹਾਂ ਕੀਤਾ ਗਿਆ ਸੀ ਕਿ ਜਹਾਜ਼ ਡੁੱਬ ਹੀ ਨਹੀਂ ਸਕਦਾ ਹੈ। ਇਸ ਦਾ ਇਹ ਕਾਰਨ ਸੀ ਕਿ ਇਸ ਵਿੱਚ ਬਹੁਤ ਸਾਰੇ ਤਹਿਖਾਨੇ ਬਣਾਏ ਸੀ ਜੋ ਵਾਟਰ ਟਾਈਟ ਦੀਵਾਰਾਂ ਨਾਲ ਬਣੇ ਸੀ। ਤਹਿਖਾਨੇ ਦੀਆਂ ਦੋ ਕਤਾਰਾਂ ਵਿੱਚ ਪਾਣੀ ਭਰਨ ਦੇ ਹਾਲਾਤ ਵਿੱਚ ਵੀ ਜਹਾਜ਼ ਡੁੱਬਣ ਵਾਲਾ ਨਹੀਂ ਸੀ। ਆਓ ਨਜ਼ਰ ਪਾਉਂਦੇ ਹਾਂ ਇਸ ਬਹੁਤ ਹੀ ਵੱਡੇ ਜਹਾਜ਼ ਦੇ ਡੁੱਬਣ ਦੀ ਕਹਾਣੀ ਉੱਤੇ ਇਹਨਾਂ ਸਵਾਲਾਂ ਜ਼ਰੀਏ। ਟਾਈਟੈਨਿਕ ਕਿੰਨਾ ਵੱਡਾ ਸੀ? ਟਾਈਟੈਨਿਕ ਦਾ ਅਸਲੀ ਨਾਂ RMS ਟਾਈਟੈਨਿਕ ਸੀ ਕਿਉਂਕਿ ਇਹ ਰਾਇਲ ਮੇਲ ਸ਼ਿਪ ਸੀ ਜੋ 3,500 ਬਸਤੇ ਭਰ ਕੇ ਚਿੱਠੀਆਂ ਲੈ ਕੇ ਜਾ ਰਿਹਾ ਸੀ। ਇਹਨਾਂ ਚਿੱਠੀਆਂ ਵਿੱਚ ਹੋਰ ਪੈਕੇਟ ਸ਼ਾਮਿਲ ਸਨ। ਆਇਰਲੈਂਡ ਦੇ ਬੈਲਫਾਸਟ ਵਿੱਚ ਹਾਲੈਂਡ ਐਂਡ ਵੂਲਫ ਨਾਂ ਦੀ ਕੰਪਨੀ ਦਾ ਬਣਾਇਆ ਇਹ ਜਹਾਜ਼ 269 ਮੀਟਰ ਲੰਬਾ, 28 ਮੀਟਰ ਚੌੜਾ ਅਤੇ 53 ਮੀਟਰ ਉੱਚਾ ਸੀ। ਇਹਨਾਂ ਵਿੱਚ 3 ਇੰਜਨ ਸੀ ਅਤੇ ਇਸ ਦੀਆਂ ਪੱਟੀਆਂ ਵਿੱਚ 600 ਟਨ ਤੱਕ ਕੋਇਲਾ ਲੱਗਦਾ ਸੀ। ਇਸ ਨੂੰ ਬਣਾਉਣ ਵਿੱਚ ਉਸ ਵਕਤ 15 ਲੱਖ ਬਰਤਾਨਵੀ ਪਾਉਂਡ ਦਾ ਖਰਚ ਆਇਆ ਸੀ ਅਤੇ ਇਸ ਨੂੰ ਬਣਾਉਣ ਵਿੱਚ 3 ਸਾਲ ਦਾ ਵਕਤ ਲੱਗ ਗਿਆ। ਇਸ ਵਿੱਚ 3,300 ਲੋਕਾਂ ਲਈ ਥਾਂ ਸੀ। ਪਹਿਲੀ ਵਾਰ ਜਦੋਂ ਟਾਈਟੈਨਿਕ ਸਫ਼ਰ ਉੱਤੇ ਨਿਕਲਿਆ ਤਾਂ ਉਸ ਉੱਤੇ 1,300 ਯਾਤਰੀ ਅਤੇ 900 ਡਰਾਈਵਰਾਂ ਦੀ ਟੀਮ ਦੇ ਮੈਂਬਰ ਸੀ। ਟਾਈਟੈਨਿਕ ਲਗਜ਼ਰੀ ਜਹਾਜ਼ ਸੀ ਅਤੇ ਇਸ ਦੀਆਂ ਟਿਕਟਾਂ ਵੀ ਮਹਿੰਗੀਆਂ ਸਨ। ਇਸ ਦੀ 3rd ਕਲਾਸ ਦੀ ਟਿਕਟ 7 ਪਾਉਂਡ ਦੀ ਸੀ। 2nd ਕਲਾਸ ਦੀ ਟਿਕਟ ਕਰੀਬ 13 ਪਾਉਂਡ ਦੀ ਅਤੇ 1st ਕਲਾਸ ਦੀ ਟਿਕਟ ਦੀ ਕੀਮਤ 30 ਪਾਉਂਡ ਸੀ। ਟਾਈਟੈਨਿਕ ਕਦੋਂ ਅਤੇ ਕਿੱਥੇ ਡੁੱਬਿਆ? ਸਾਲ 1911 ਵਿੱਚ ਟਾਈਟੈਨਿਕ ਦੇ ਡੁੱਬਣ ਤੋਂ ਕੁਝ ਮਹੀਨੇ ਪਹਿਲਾਂ ਗ੍ਰੀਨਲੈਂਡ ਦੇ ਦੱਖਣ ਪੱਛਮੀ ਹਿੱਸੇ ਵਿੱਚ ਇੱਕ ਗਲੇਸ਼ੀਅਰ ਦਾ 500 ਮੀਟਰ ਦਾ ਵੱਡਾ ਟੁਕੜਾ ਇਸ ਤੋਂ ਵੱਖ ਹੋ ਗਿਆ ਸੀ। ਹਵਾ ਅਤੇ ਸਮੁੰਦਰੀ ਲਹਿਰਾਂ ਨਾਲ ਇਹ ਆਈਸਬਰਗ ਦੱਖਣ ਵੱਲ ਤੈਰਨਾ ਸ਼ੁਰੂ ਹੋ ਗਿਆ। 14 ਅਪ੍ਰੈਲ ਦੀ ਰਾਤ ਨੂੰ ਇਹ ਆਈਸਬਰਗ, ਜੋ ਹੁਣ ਸਿਰਫ 125 ਮੀਟਰ ਬਚਿਆ ਸੀ, ਟਾਈਟੈਨਿਕ ਨਾਲ ਟਕਰਾ ਗਿਆ। ਟਾਈਟੈਨਿਕ ਆਈਸਬਰਗ ਨਾਲ ਟਕਰਾਉਣ ਤੋਂ ਬਾਅਦ ਸਿਰਫ 4 ਘੰਟਿਆਂ ਵਿੱਚ ਡੁੱਬ ਗਿਆ। ਹਾਦਸੇ ਦੇ ਸਮੇਂ ਟਾਈਟੈਨਿਕ 41 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇੰਗਲੈਂਡ ਦੇ ਸਾਊਥਹੈਂਪਟਨ ਤੋਂ ਅਮਰੀਕਾ ਦੇ ਨਿਊਯਾਰਕ ਵੱਲ ਜਾ ਰਿਹਾ ਸੀ। ਹਾਦਸੇ ਦੇ ਸਮੇਂ ਟਾਈਟੈਨਿਕ ਵਿੱਚ ਯਾਤਰੀਆਂ ਅਤੇ ਚਾਲਕ ਦਲ ਸਮੇਤ ਕੁੱਲ 2,200 ਲੋਕ ਸਵਾਰ ਸਨ। ਇਸ ਹਾਦਸੇ ਵਿੱਚ 1,500 ਦੇ ਕਰੀਬ ਲੋਕ ਮਾਰੇ ਗਏ ਸਨ। 111 ਸਾਲ ਬਾਅਦ ਵੀ ਇਸ ਨੂੰ ਸਭ ਤੋਂ ਵੱਡਾ ਸਮੁੰਦਰੀ ਹਾਦਸਾ ਮੰਨਿਆ ਜਾ ਰਿਹਾ ਹੈ। ਟਾਈਟੈਨਿਕ ਬਾਰੇ ਖਾਸ ਗੱਲਾਂ। ਟਾਈਟੈਨਿਕ ਨਾਮ ਦਾ ਇਹ ਜਹਾਜ਼ 269 ਮੀਟਰ ਲੰਬਾ ਸੀ ਅਤੇ ਉਸ ਵਕਤ ਸਟੀਲ ਨਾਲ ਬਣਾਇਆ ਗਿਆ ਸੀ। ਪਾਣੀ ਵਿੱਚ ਡੁੱਬੇ ਇਸ ਜਹਾਜ਼ ਦਾ ਮਲਬਾ ਅੱਜ ਤੱਕ ਉੱਥੇ ਹੀ ਪਿਆ ਹੈ। ਇਸ ਨੂੰ ਹਾਲੇ ਤੱਕ ਕੱਢਿਆ ਨਹੀਂ ਜਾ ਸਕਿਆ ਹੈ। ਟਾਈਟੈਨਿਕ ਨੂੰ ਬਣਾਉਣ ਵਾਲੀ ਕੰਪਨੀ ਵਾਈਟ ਸਟਾਰ ਲਾਈਨ ਦੇ ਮੈਨੇਜਿੰਗ ਡਾਇਰੈਕਟਰ ਜੇ ਬਰੂਸ ਇਸ ਵਿੱਚ ਸਫ਼ਰ ਕਰ ਰਹੇ ਸਨ। ਬਰੂਸ ਆਖਰੀ ਲਾਈਫਬੋਟ ਰਾਹੀਂ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਏ ਸਨ। ਨਾ ਸਿਰਫ ਬਰਤਾਨਵੀ ਸਰਕਾਰ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ, ਸਗੋਂ ਅਮਰੀਕਨ ਸਰਕਾਰ ਨੇ ਵੀ ਇਸ ਦੀ ਡੂੰਘਾਈ ਨਾਲ ਜਾਂਚ ਕਰਵਾਈ। ਬ੍ਰਿਟਿਸ਼ ਕਮਿਸ਼ਨਰ ਦੀ ਰਿਪੋਰਟ ਮੁਤਾਬਕ ਜਹਾਜ਼ ਬਹੁਤ ਤੇਜ਼ੀ ਨਾਲ ਜਾ ਰਿਹਾ ਸੀ ਅਤੇ ਇੱਕ ਬਰਫ਼ ਨਾਲ ਟਕਰਾ ਗਿਆ, ਜਿਸ ਕਾਰਨ ਇਹ ਡੁੱਬ ਗਿਆ। ਇਸ ਹਾਦਸੇ 'ਚ ਜਾਨ ਗਵਾਉਣ ਵਾਲੇ ਕਈ ਲੋਕਾਂ ਦੇ ਰਿਸ਼ਤੇਦਾਰਾਂ ਦਾ ਮੰਨਣਾ ਹੈ ਕਿ ਸਮੁੰਦਰੀ ਕੰਢੇ ਤੇ ਇਹ ਜਗ੍ਹਾ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦਫ਼ਨਾਇਆ ਗਿਆ, ਉਸ ਥਾਂ ਨਾਲ ਛੇੜਛਾੜ ਪਰੇਸ਼ਾਨ ਕਰਨ ਵਾਲੀ ਗੱਲ ਹੈ ਜੋ ਹੋਣਾ ਨਹੀਂ ਚਾਹੀਦਾ। ਹਾਦਸੇ 'ਚ ਬੱਚੀ ਈਵਾ ਹਾਰਟ ਦਾ ਕਹਿਣਾ ਹੈ, ਮੈਨੂੰ ਲੱਗਦਾ ਹੈ ਕਿ ਇਹ ਮੇਰੇ ਪਿਤਾ ਸਮੇਤ 1,500 ਹੋਰ ਲੋਕਾਂ ਦੀ ਕਬਰ ਹੈ, ਇਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ। ਟਾਈਟੈਨਿਕ ਨੂੰ ਬਣਾਉਣ ਵਾਲੀ ਕੰਪਨੀ ਵਾਈਟ ਸਟਾਰ ਲਾਈਨ ਦੇ ਮੈਨੇਜਿੰਗ ਡਾਇਰੈਕਟਰ ਜੇ ਬਰੂਸ ਇਸਮੇ ਸਫ਼ਰ ਦੌਰਾਨ ਜਹਾਜ਼ ਤੇ ਸਵਾਰ ਸਨ। ਉਹ ਟਾਈਟੈਨਿਕ ਤੋਂ ਛੱਡੀ ਗਈ ਆਖਰੀ ਲਾਈਫਬੋਟ ਰਾਹੀਂ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ ਸਨ। ਬਾਅਦ ਵਿੱਚ ਜਾਂਚ ਦੌਰਾਨ ਉਨ੍ਹਾਂ ਨੇ ਅਮਰੀਕੀ ਸੈਨੇਟ ਨੂੰ ਦੱਸਿਆ ਸੀ ਕਿ ਜਦੋਂ ਜਹਾਜ਼ ਟਕਰਾਇਆ ਸੀ ਤਾਂ ਉਹ ਸੌਂ ਰਹੇ ਸਨ। ਉਨ੍ਹਾਂ ਨੂੰ ਕੈਪਟਨ ਸਮਿਥ ਤੋਂ ਪਤਾ ਲੱਗਾ ਕਿ ਜਹਾਜ਼ ਦਾ ਡੁੱਬਣਾ ਲਗਭਗ ਤੈਅ ਹੈ। ਉਨ੍ਹਾਂ ਦੱਸਿਆ ਸੀ ਕਿ ਕੈਪਟਨ ਸਮਿਥ ਨੇ ਉਨ੍ਹਾਂ ਨੂੰ ਇੱਕ ਹੋਰ ਜਹਾਜ਼ ਤੋਂ ਮਿਲੀ ਤਾਰ ਦਿਖਾਈ ਸੀ, ਜਿਸ ਵਿੱਚ ਅੱਗੇ ਰਸਤੇ ਵਿੱਚ ਆਈਸਬਰਗ ਦੀ ਚੇਤਾਵਨੀ ਸੀ।
बीबीसी पत्रकार नील प्रायर दी रिपोर्ट अनुसार जदों टाइटैनिक आइसबर्ग नाल टकराया तां जहाज़ विच मौजूद टेलीग्राफरां ने परेशानी दे संकेत भेजने शुरू कर दित्ते। सिग्नल नूं फड़न वाले पहले लोकां विचों इक आर्थर मूर सी, जो 4800 किलोमीटर दूर साउथ वेल्स विच एक रेडियो ऑपरेटर सी। आर्थर एक शुकीन रेडियो ऑपरेटर सी अते काउंटी कैरफिली विच अपने घरेलू रेडियो स्टेशन तो सिग्नल समझे सन। वो 15 अप्रैल 1912 दी सवेर स्थानक पुलिस स्टेशन गए, पर किसी ने उन्हां दी गल ते विश्वास नहीं किया। वो डूब रहे टाइटैनिक नू नहीं बचा सके, पर बाद विच उन्हां ने सोनार तकनीक ते काम किया अते वो पहले कुछ लोकां विच शामिल सन जिन्हां ने बाद विच टाइटैनिक दे मलबे दी खोज कीती। जिस थां ते टाइटैनिक समुंदर दे अंदर है, उस दे मलबे नू जंगाल लग गया है अते बैक्टीरिया अते होर कीटाणु इस नू तेजी नाल नष्ट कर रहे हन। मायरां दी मन्निए तां अगले 20 सालां विच इस विशाल जहाज़ दी होंद शायद इतिहास बन जावेगी। हाल ही दे दिनां विच इस 1000 टन दे जहाज़ तो लियांदे गए कुछ समान दी प्रदर्शनी लगाई गई सी, पर इस विशाल जहाज़ नू समुंदर तो बाहर ले जाना असंभव है। कुछ साल पहला बचा मायर कैंडल मैकडोनल्ड ने कहा सी, इस नू समुंदरी तट तो उच्चा चुकन दी कोशिश भी नहीं करनी चाहीदी। इस हालत विच मलबे नू कदन दी कोशिश कीती जावे तां इह टुट जावेगा। यही कारण है कि ओशनगेट वर्गी कंपनी इस नू देखण लई एक विशेष टूर दा आयोजन करदी है, जिस विच इस जहाज नू पनडुब्बी विच बैठ के समुंदर दी डूंघाई विच उतरदे देखिया जा सकदा है।